ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨ ਵਿੱਚ। ਤੇ ਅੱਜ ਘਰ ਦੀ ਕੰਟੀਨ ਵਿੱਚ ਬਹੁਤ ਹੀ ਚਟਪਟੀ ਸਾਬਤ ਮਸਰਾਂ ਦੀ ਅਮਚੂਰ ਵਾਲੀ ਦਾਲ ਬਣ ਜਾ ਰਹੀ ਹੈ। ਬੜੀ ਈਜ਼ੀ ਰੈਸਪੀ ਹੈ ਤੇ ਬਹੁਤ ਹੀ ਜਲਦੀ ਬਣਦੀ ਹੈ। ਤੇ ਅੱਜ ਦੀ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਬਹੁਤ ਹੀ ਪਿਆਰੇ ਵੀਵਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚਲੋ ਜੀ ਫਿਰ ਕਰਦੇ ਹਾਂ ਅੱਜ ਦੀ ਆਪਾਂ ਆਪਣੀ ਰੈਸਪੀ ਸ਼ੁਰੂ। ਇਹ ਆਪਣੇ ਕੋਲ 1 ਕੌਲੀ ਸਾਬਤ ਮਸਰਾਂ ਦੀ ਦਾਲ ਹੈ। ਇਹਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ 3-4 ਵਾਰੀ ਪਾਣੀ ਨਾਲ ਧੋ ਕੇ 1 ਘੰਟਾ ਭਿਉਂ ਕੇ ਰੱਖਿਆ ਹੈ। ਇਹ ਕਾਫ਼ੀ ਫੁੱਲ ਗਈ ਹੈ ਅਤੇ ਦਾਲ ਨੂੰ ਆਪਾਂ ਸਭ ਤੋਂ ਪਹਿਲਾਂ ਕੁੱਕਰ ਵਿੱਚ ਸੀਟੀ ਦਵਾਵਾਂਗੇ। ਦਾਲ ਦੀ ਕੁਆਲਿਟੀ 'ਤੇ ਹੁੰਦਾ ਹੈ ਕਿ ਕਈ ਵਾਰੀ ਕੋਈ ਦਾਲ 3-4 ਸੀਟੀਆਂ 'ਚ ਹੁੰਦੀ ਹੈ, ਕੋਈ ਦਾਲ 2 ਸੀਟੀਆਂ ਵਿੱਚ ਹੀ ਬਹੁਤ ਜਲਦੀ ਘੁਲ ਜਾਂਦੀ ਹੈ। ਅਤੇ ਸਭ ਤੋਂ ਪਹਿਲਾਂ ਆਪਾਂ ਦਾਲ ਨੂੰ ਉਬਾਲਦੇ ਹਾਂ ਅਤੇ ਫਿਰ ਇਹਦਾ ਲਗਾਵਾਂਗੇ ਆਪਾਂ ਤੜਕਾ। ਦਾਲਾਂ ਸਾਨੂੰ ਖਾਣੀਆਂ ਚਾਹੀਦੀਆਂ ਨੇ ਕਿਉਂਕਿ ਇਹਨਾਂ ਵਿੱਚ ਪ੍ਰੋਟੀਨ ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਅਤੇ ਹੈਲਥ ਵਾਸਤੇ ਬਹੁਤ ਹੀ ਵਧੀਆ ਨੇ। ਅਤੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਕੁੱਕਰ ਵਿੱਚ ਦਾਲ ਪਾਉਂਦੇ ਹਾਂ। 1 ਕੌਲੀ ਆਪਣੀ ਦਾਲ ਦੀ ਹੈ ਅਤੇ ਆਪਾਂ 3 ਕੌਲੀਆਂ ਦੇ ਵਿੱਚ ਪਾਣੀ ਐਡ ਕਰਾਂਗੇ। ਗੈਸ ਔਨ ਕਰਤੀ ਹੈ, ਇਹਦੇ ਵਿੱਚ ਆਪਾਂ ਹੁਣ 3 ਕੌਲੀਆਂ ਪਾਣੀ ਦੀ ਐਡ ਕਰਾਂਗੇ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1/2 ਚਮਚਾ ਨਮਕ, 1/2 ਚਮਚਾ ਹਲਦੀ, ਬਸ ਕਿਉਂਕਿ ਨਮਕ ਆਪਾਂ ਤੜਕੇ ਦੇ ਵਿੱਚ ਵੀ ਪਾਉਣਾ ਹੈ ਅਤੇ ਇਸ ਕਰਕੇ ਥੋੜ੍ਹਾ ਹੀ ਨਮਕ ਐਡ ਕੀਤਾ ਹੈ। ਅਤੇ ਨਾਲ ਹੀ ਇਹਦੇ ਵਿੱਚ ਆਪਾਂ 1 ਚਮਚਾ ਕੁੱਟੀ ਹੋਈ ਹਰੀ ਮਿਰਚ, ਇਹ ਮਿਰਚ ਘੱਟ ਤੇਜ਼ ਇਸ ਕਰਕੇ ਮੈਂ 1 ਚਮਚਾ ਪਾਇਆ ਹੈ। ਇਹਦੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਆਪਾਂ ਕੁੱਟਿਆ ਹੋਇਆ ਲਸਣ, ਇਹ ਕੁੱਟਿਆ ਹੋਇਆ ਅਦਰਕ। ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ, ਇਹਦੇ ਨਾਲ ਦਾਲ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ। ਅਤੇ ਹੁਣ ਤੁਸੀਂ ਚਾਹੋ ਤਾਂ ਇਹਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਵੀ ਪਾ ਸਕਦੇ 1 ਚਮਚਾ, ਜਾਂ 1 ਚਮਚਾ ਰਿਫਾਇੰਡ ਵੀ। ਮੈਂ ਇਹਦੇ ਵਿੱਚ 1 ਚਮਚਾ ਦੇਸੀ ਘਿਓ ਦਾ ਪਾਵਾਂਗੀ, 1 ਚਮਚਾ ਦੇਸੀ ਘਿਓ। ਇਹਨੂੰ ਐਡ ਕਰਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਵਾਂਗੇ। ਇਹਨੂੰ ਮੈਂ 2 ਸੀਟੀਆਂ ਦਵਾਵਾਂਗੀ ਕਿਉਂਕਿ ਇਹ 2 ਸੀਟੀਆਂ ਵਿੱਚ ਬਹੁਤ ਵਧੀਆ ਦਾਲ ਘੁਲ ਜਾਣੀ ਹੈ। ਹੁਣ ਆਪਾਂ ਕੁੱਕਰ ਨੂੰ 5 ਮਿੰਟ ਬਾਅਦ ਬੰਦ ਕਰਦੇ ਹਾਂ। ਦਾਲ ਆਪਣੀ ਹੋ ਗਈ ਹੈ ਅਤੇ ਦਾਲ ਨੂੰ 2 ਆਪਾਂ ਸੀਟੀਆਂ ਲਵਾਈਆਂ ਸੀ ਅਤੇ ਦਾਲ ਬਿਲਕੁਲ ਤਿਆਰ ਹੈ। ਅਤੇ ਹੁਣ ਆਪਾਂ ਲਾਉਂਦੇ ਹਾਂ ਇਹਨੂੰ ਤੜਕਾ। ਆਹ ਦੇਖੋ, ਇਸ ਤਰ੍ਹਾਂ ਦੀ ਦਾਲ ਆਪਾਂ ਨੂੰ ਚਾਹੀਦੀ ਹੈ। ਹਾਂ, ਬਸ 2 ਚਮਚੇ ਆਪਾਂ ਇਹਦੇ ਵਿੱਚ ਤੇਲ ਪਾਇਆ ਹੈ। ਤੇਲ ਗਰਮ ਹੋ ਗਿਆ ਅਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਵਾਂਗੇ ਥੋੜ੍ਹੀ ਜਿਹੀ ਹਿੰਗ, ਬਸ ਇੰਨੀ ਕੁ ਹਿੰਗ। ਹਿੰਗ ਦੇ ਨਾਲ ਹੀ 2 ਆਪਾਂ ਇਹਦੇ ਵਿੱਚ ਲਾਲ ਮਿਰਚਾਂ ਪਾਵਾਂਗੇ ਇਸ ਤਰ੍ਹਾਂ ਤੋੜ ਕੇ। ਇਸ ਦੇ ਨਾਲ 1 ਚਮਚਾ ਜੀਰਾ, ਇਹਨੂੰ 1-2 ਸੈਕਿੰਡ ਆਪਾਂ ਭੁੰਨ ਲਾਂਗੇ। ਜੀਰਾ ਆਪਣਾ ਭੁੱਜ ਗਿਆ, ਹੁਣ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਲਸਣ ਅਤੇ ਥੋੜ੍ਹਾ ਜਿਹਾ ਅਦਰਕ ਇਹਨੂੰ ਪਾਵਾਂਗੇ। ਇਹਦਾ ਥੋੜ੍ਹਾ ਜਿਹਾ ਕਲਰ ਚੇਂਜ ਕਰਾਂਗੇ ਅਤੇ ਇਹਦੇ ਵਿੱਚ ਆਪਾਂ ਪਿਆਜ਼ ਐਡ ਕਰਦੇ ਹਾਂ। ਲਸਣ ਅਤੇ ਅਦਰਕ ਭੁੱਜ ਗਿਆ, ਹੁਣ ਆਪਾਂ ਇਹਦੇ ਵਿੱਚ ਇਹ ਕੱਟਿਆ ਹੋਇਆ ਪਿਆਜ਼ ਪਾਉਂਦੇ ਹਾਂ। ਪਿਆਜ਼ ਦਾ ਥੋੜ੍ਹਾ ਜਿਹਾ ਕਲਰ ਚੇਂਜ ਕਰਾਂਗੇ, ਫਿਰ ਨਾਲ ਹੀ ਇਹਦੇ ਵਿੱਚ ਆਪਾਂ ਟਮਾਟਰ ਪਾ ਲਾਂਗੇ। ਪਿਆਜ਼ ਨੂੰ ਆਪਾਂ ਇੰਨਾ ਕੁ ਭੁੰਨਾਂਗੇ, ਹੁਣ ਇਹਦੇ ਵਿੱਚ ਆਪਾਂ ਇਹ ਟਮਾਟਰ ਪਾ ਦਾਂਗੇ। ਟਮਾਟਰਾਂ ਦੇ ਨਾਲ ਹੀ ਆਪਾਂ ਇਹਦੇ ਵਿੱਚ ਨਮਕ ਐਡ ਕਰਾਂਗੇ ਤਾਂ ਕਿ ਟਮਾਟਰ ਜਲਦੀ ਸੌਫਟ ਹੋ ਜਾਣ। ਦਾਲ ਵਿੱਚ ਆਪਾਂ 1/2 ਚਮਚ ਪਾਇਆ ਸੀ ਨਮਕ, ਅਤੇ 1/2 ਚਮਚ ਆਪਾਂ ਇਹਦੇ ਵਿੱਚ ਪਾਵਾਂਗੇ, ਥੋੜ੍ਹਾ ਜਿਹਾ ਹੋਰ ਪਾਉਣਾ। ਇਹਨੂੰ ਮਿਕਸ ਕਰਕੇ ਅਤੇ ਜਦੋਂ ਤੱਕ ਟਮਾਟਰ ਸੌਫਟ ਨਹੀਂ ਹੁੰਦੇ ਉਦੋਂ ਤੱਕ ਇਹਨੂੰ ਭੁੰਨਦੇ ਹਾਂ।
ਟਮਾਟਰ ਆਪਣਾ ਭੁੱਜ ਗਿਆ, ਇਹਨੇ ਤੇਲ ਛੱਡਤਾ। ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਦੇ ਹਾਂ। ਅੱਧਾ ਚਮਚਾ ਦੇਗੀ ਮਿਰਚ, ਅੱਧੇ ਚਮਚੇ ਤੋਂ ਥੋੜ੍ਹਾ ਜਿਹਾ ਵੱਧ ਧਨੀਆ ਪਾਊਡਰ। ਇਸ ਦੇ ਨਾਲ ਹੀ ਆਪਾਂ ਇਹਦੇ ਵਿੱਚ ਥੋੜ੍ਹੀ ਕਾਲੀ ਮਿਰਚ ਦਾ ਪਾਊਡਰ ਵੀ ਪਾਵਾਂਗੇ, ਬਸ ਇੰਨਾ ਕਾਲੀ ਮਿਰਚ ਦਾ ਪਾਊਡਰ। ਇਹਨਾਂ ਨੂੰ 1 ਮਿੰਟ ਆਪਾਂ ਭੁੰਨ ਲਵਾਂਗੇ। ਇੱਥੇ ਹੁਣ ਆਪਾਂ ਇਹਦੇ ਵਿੱਚ 1 ਚਮਚਾ ਅਮਚੂਰ ਪਾਊਡਰ ਪਾਵਾਂਗੇ। ਅਮਚੂਰ ਪਾਊਡਰ ਦੇ ਨਾਲ ਹੀ ਥੋੜ੍ਹੀ ਜਿਹੀ ਸੁੱਕੀ ਮੇਥੀ ਨੂੰ ਇਸ ਤਰ੍ਹਾਂ ਹੱਥ ਨਾਲ ਰਗੜ ਕੇ ਪਾਵਾਂਗੇ। ਇਹਦੇ ਨਾਲ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਦਾਲ ਵਿੱਚ। ਅਤੇ ਨਾਲ ਹੀ ਥੋੜ੍ਹਾ ਜਿਹਾ ਪਾਣੀ ਪਾਵਾਂਗੇ। ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ। ਇਹ ਅਮਚੂਰ ਵਾਲੀ ਦਾਲ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ, ਖਾਣ ਵਿੱਚ ਵੀ ਇਹਦਾ ਬਹੁਤ ਟੇਸਟ ਆਉਂਦਾ ਹੈ। ਤੜਕਾ ਆਪਣਾ ਤਿਆਰ ਹੋ ਗਿਆ ਅਤੇ ਹੁਣ ਆਪਾਂ ਇਹਦੇ ਵਿੱਚ ਦਾਲ ਪਾਉਂਦੇ ਹਾਂ ਅਤੇ ਫਿਰ ਇਹਨੂੰ 2-4 ਮਿੰਟ ਪਕਾਉਂਦੇ ਹਾਂ। ਇਸ ਤਰ੍ਹਾਂ ਦਾਲ ਪਾ ਦਾਂਗੇ ਇਹਨੂੰ, ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ। ਬਸ ਆਪਾਂ ਦਾਲ ਇੰਨੀ ਕੁ ਰੱਖਾਂਗੇ, ਤੁਹਾਨੂੰ ਜਿਵੇਂ ਦੀ ਪਸੰਦ ਹੈ। ਤੁਸੀਂ ਇਹਨੂੰ ਜ਼ਿਆਦਾ ਜੇ ਪਤਲਾ ਖਾਂਦੇ ਹੋ, ਥੋੜ੍ਹਾ ਪਾਣੀ ਪਾ ਕੇ ਇਹਦੇ ਵਿੱਚ ਗਰਮ ਪਾਣੀ ਪਾ ਕੇ ਇਹਨੂੰ ਥੋੜ੍ਹਾ ਪਤਲਾ ਕਰ ਸਕਦੇ ਹੋ ਜੇ ਤੁਸੀਂ ਇਸ ਤਰ੍ਹਾਂ ਦੀ ਖਾਂਦੇ ਹੋ। ਅਤੇ ਇਹ ਬਹੁਤ ਵਧੀਆ ਦਾਲ ਹੈ। ਇਸ ਤਰ੍ਹਾਂ ਬਸ ਇਹਨੂੰ ਮਿਕਸ ਕਰਕੇ 5 ਕੁ ਮਿੰਟ ਇਹਨੂੰ ਆਪਾਂ ਮੀਡੀਅਮ ਫਲੇਮ 'ਤੇ ਪਕਾ ਲਾਂਗੇ ਅਤੇ ਫਿਰ ਕਰਦੇ ਹਾਂ ਜੀ ਇਹਨੂੰ ਸਰਵ। ਇੱਧਰ ਆਪਾਂ ਪੈਨ 'ਚ ਥੋੜ੍ਹਾ ਜਿਹਾ ਦੇਸੀ ਘਿਓ ਗਰਮ ਰੱਖਿਆ ਹੈ ਅਤੇ ਦਾਲ ਆਪਣੀ ਆ ਦੇਖੋ ਬਣ ਕੇ ਬਿਲਕੁਲ ਰੈਡੀ ਹੈ। ਇਹਨੂੰ ਆਪਾਂ ਛੋਟਾ ਜਿਹਾ ਤੜਕਾ ਲਗਾਵਾਂਗੇ। ਜੇ ਤੁਸੀਂ ਚਾਹੋਗੇ ਤਾਂ ਇਹਨੂੰ ਇੱਦਾਂ ਵੀ ਖਾ ਸਕਦੇ ਹੋ, ਬਹੁਤ ਵਧੀਆ ਬਣੀ ਹੈ। ਇਹ ਦਾਲ ਵੈਸੇ ਥੋੜ੍ਹੀ ਗਾੜੀ ਚੰਗੀ ਲੱਗਦੀ ਹੈ। ਬਸ ਆਹ ਦੇਖੋ ਕਿਸ ਤਰ੍ਹਾਂ ਦਾਲ ਬਿਲਕੁਲ ਘੁਲੀ ਵੀ ਨਹੀਂ ਹੈ, ਸਾਬਤੀ ਦਾਲ ਨਜ਼ਰ ਆ ਰਹੀ ਹੈ ਕਿ ਇੱਕ ਤਾਂ ਦਾਲ ਬਿਲਕੁਲ ਘੁਲ ਜਾਂਦੀ ਹੈ। ਹੁਣ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਕੱਟਿਆ ਹੋਇਆ ਧਨੀਆ ਪਾਵਾਂਗੇ ਅਤੇ ਬਾਕੀ ਧਨੀਆ ਆਪਾਂ ਥੋੜ੍ਹਾ ਬਾਅਦ ਵਿੱਚ ਐਡ ਕਰਾਂਗੇ। ਇਹਨੂੰ ਮਿਕਸ ਕਰ ਦਾਂਗੇ। ਘਿਓ ਗਰਮ ਹੋ ਗਿਆ ਹੈ ਆਪਣਾ। ਇਹਦੇ ਵਿੱਚ ਆਪਾਂ ਇੱਕ ਚਮਚਾ ਜੀਰਾ, ਇਹ 4 ਹਰੀਆਂ ਮਿਰਚਾਂ, 2 ਮੈਂ ਇਸ ਤਰ੍ਹਾਂ ਕੱਟ ਲਈਆਂ ਨੇ ਗੈਸ ਬੰਦ ਕਰਕੇ, ਅਤੇ ਥੋੜ੍ਹੀ ਜਿਹੀ ਦੇਗੀ ਮਿਰਚ, ਇਹਨੂੰ ਇਸ ਤਰ੍ਹਾਂ ਘੁਮਾ ਲਾਂਗੇ। ਹੁਣ ਆਪਾਂ ਇਹ ਤੜਕਾ ਇਹਦੇ ਵਿੱਚ ਐਡ ਕਰਦੇ ਹਾਂ। ਆਦਿ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ, ਬਹੁਤ ਹੀ ਚਟਪਟੀ ਦਾਲ ਆਪਣੀ ਬਣ ਕੇ ਰੈਡੀ ਹੈ। ਲਓ ਜੀ ਆਪਣੀ ਬਹੁਤ ਹੀ ਟੇਸਟੀ ਚਟਪਟੀ ਅੰਬਚੂਰ ਵਾਲੀ ਸਾਬਤ ਮਸਰਾਂ ਦੀ ਦਾਲ ਬਣ ਕੇ ਬਿਲਕੁਲ ਰੈਡੀ ਹੈ। ਬਹੁਤ ਹੀ ਜਲਦੀ ਬਣ ਗਈ ਹੈ ਅਤੇ ਬੜੀ ਈਜ਼ੀ ਰੈਸਪੀ ਹੈ, ਬੜੀ ਆਸਾਨੀ ਨਾਲ ਬਣ ਕੇ ਤਿਆਰ ਹੋਈ ਹੈ। ਇਹ ਖਾਣ ਵਿੱਚ ਵੀ ਬਹੁਤ ਟੇਸਟੀ ਹੈ, ਤੁਸੀਂ ਇਹਨੂੰ ਚਾਵਲ ਨਾਲ, ਪਰੌਂਠੇ ਨਾਲ, ਪੂੜੀ ਨਾਲ ਖਾ ਸਕਦੇ ਹੋ ਅਤੇ ਤੰਦੂਰੀ ਰੋਟੀ ਨਾਲ ਵੀ ਇਹਨੂੰ ਖਾ ਸਕਦੇ ਹੋ। ਇਹਦਾ ਟੇਸਟ ਖਾਣ 'ਚ ਬਹੁਤ ਹੀ ਵਧੀਆ ਹੈ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹਦਾ ਟੇਸਟ ਕਿਵੇਂ ਦਾ ਹੈ। ਬਹੁਤ ਜ਼ਿਆਦਾ ਕਰਾਰੀ, ਚਟਪਟੀ, ਖਾ ਕੇ ਮਜ਼ਾ ਹੀ ਆ ਗਿਆ। ਇਹ ਸੀ ਮੇਰੀ ਸਾਬਤ ਮਸਰਾਂ ਦੀ ਦਾਲ ਦੀ ਰੈਸਪੀ ਜਿਹੜੀ ਕਿ ਮੈਂ ਅਮਚੂਰ ਪਾ ਕੇ ਬਣਾਈ ਹੈ, ਅਤੇ ਤੁਸੀਂ ਵੀ ਇਹਨੂੰ ਮੇਰੇ ਤਰੀਕੇ ਨਾਲ ਆਪਣੇ ਘਰ ਵਿੱਚ ਬਣਾ ਕੇ ਟਰਾਈ ਕਰਿਓ ਅਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ। ਮੇਰੇ ਕਹਿਣ 'ਤੇ ਇੱਕ ਵਾਰੀ ਇਹਨੂੰ ਤੁਸੀਂ ਟਰਾਈ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਨਾਲ ਹੀ ਬੈੱਲ ਆਈਕਨ ਬਟਨ ਨੂੰ ਦਬਾਇਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ। ਅਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ।